ਪੱਕਿਆਂ ਦੇ ਭਾਂ ਰਹੂ ਕੱਚਾ, ਸਿੱਖ ਦਾ ਵੀ ਬਚਨ ਪੂਰਾ, ਸੰਗਤ ਦੀ ਕੀਤੀ ਅਰਦਾਸ ਵੀ ਨਹੀਂ ਵਿਰਥੀ ਜਾਂਦੀ, ਤੇਰੀ ਸੇਵਾ ਵੀ ਵਿਰਥੀ ਨਹੀਂ ਜਾਂਦੀ। ਭਗਤ ਹੇਤ ਮਾਰਿਓ ਹਰਨਾਕਸ਼, ਨਰਸਿੰਘ ਹੋਏ ਨਰਸਿੰਘ ਰੂਪ ਹੋਏ ਦੇ ਧਰਿਓ, ਨਾਮਾ ਕਹੇ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਮੇਰੇ ਪਿਆਰੇ ਦਾ ਬਚਨ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੀ ਸੇਵਾ ਕਰਨ ਵਾਲਾ, ਸਵਾਸ ਸਵਾਸ ਨਾਮ ਜਪਣ ਵਾਲਾ ਭਾਈ, ਉਹਦਾ ਬਚਨ ਵੀ ਪੂਰਾ ਹੋਊ, ਤੇਰੀ ਸੇਵਾ ਤੇ ਸੰਗਤ ਦੀ ਅਰਦਾਸ ਵੀ ਪੂਰੀ ਹੋ। ਪਾਤਸ਼ਾਹ ਲਾਹੌਰ ਵਿੱਚੋਂ ਆ ਗਏ ਹੋ, ਦੋ ਚੇਤੀ ਵਿੱਚ ਹੈ ਵੀ ਪਿੱਲੀਆਂ ਪੱਕਿਆਂ ਦੇ ਭਾਅ ਕਿਵੇਂ ਵਿਕਣਗੀਆਂ। ਸਮਾਂ ਆਇਆ ਸਾਉਣ ਭਾਦੋਂ ਦੇ ਦਿਨ ਆਏ ਤੇ ਕਹਿੰਦੇ ਬਾਰਿਸ਼ਾਂ ਬੜੀਆਂ ਹੋਈਆਂ, ਮੀਂਹ ਬੜੇ ਪਏ, ਕੱਚੀਆਂ ਕੰਧਾਂ ਮਕਾਨ ਢਏ, ਲੋਕਾਂ ਨੂੰ ਇੱਟਾਂ ਦੀ ਲੋੜ ਪਈ ਤੇ ਆਵੇ ਦੇ ਵਿੱਚੋਂ ਨਿਕਲੀਆਂ ਸਨ ਕੱਚੀਆਂ ਹੀ ਇੱਟਾਂ ਤੇ ਸਾਧ ਸੰਗਤ ਵੇਖੀਆਂ ਉਹ ਪੱਕਿਆਂ ਦੇ ਭਾਅ। ਜਿੰਨੇ ਪੈਸੇ ਮੰਗ ਲਏ ਉਸ ਪੈਸੇ ਸਾਧ ਸੰਗਤ ਲੋਕਾਂ ਨੇ ਇੱਟ ਖਰੀਦ ਲਈ, ਚਾਹੀਦੀ ਸੀ ਨਾ। ਨਹੀਂ ਵੇਖਦੀ ਤੇ ਸਾਧ ਸੰਗਤ ਜਲੰਧਰ ਦੇ ਵਿੱਚ ਆਲੂ ਸੜਕਾਂ ਦੇ ਉੱਤੇ ਖਿਲਾਰ ਜਾਂਦੇ ਹੈ ਤੇ ਜੇ ਵੇਖਣ ਲੱਗ ਜਾਣ ਉਹੀ 15 ਰੁਪਈਆਂ ਨੂੰ ਹੋ ਜਾਂਦੇ ਜਦੋਂ ਸ਼ਾਰਟੇਜ ਪੈ ਜਾਵੇ। ਆਮ ਉਦਾਹਰਨ ਹੈ ਕੁਦਰਤੀ, ਸਤਿਗੁਰਾਂ ਦੇ ਵਚਨ ਪੂਰੇ ਹੋਏ, ਪੱਕਿਆਂ ਦੇ ਭਾਅ ਵੇਕੀਆਂ ਇੱਟਾਂ, ਸਿੱਖ ਦਾ ਬਚਨ ਵੀ ਰਹਿ ਗਿਆ, ਸੰਗਤ ਦੀ ਅਰਦਾਸ ਵੀ ਰਹਿ ਗਈ, ਬੁੱਧੂ ਸ਼ਾਹ ਦੀ ਕੀਤੀ ਸੇਵਾ ਵੀ ਪੂਰੀ ਹੋਈ। ਪਿਆਰਿਓ ਗੁਰੂ ਸਮਰੱਥ ਹੈ, ਕਰਨ ਕਾਰਨ ਵਾਲਾ ਤਾਂ ਗੁਰੂ ਹੀ, ਆਪਣਾ ਤਾਂ ਨਿੱਕਾ ਜਿਹਾ ਪਰਾਲਾ ਹੁੰਦਾ, ਆਪਾਂ ਤਾਂ ਕੱਠ ਪੁਤਲੀਆਂ। ਡੋਰਾਂ ਤਾਂ ਵਾਹਿਗੁਰੂ ਦੇ ਹੱਥ ਨੇ, ਜਿਵੇਂ ਉਹ ਨਚਾਉਂਦਾ ਕੈਸੇ ਨੱਚਤ ਹੈ ਮਾਟੀ ਕੋ ਪੂਤਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨੈ। ਜਿਵੇਂ ਉਹ ਸਤ ਸੰਗਤ ਕਰਾਉਂਦਾ ਹੈ ਵਰਤਦੀਆਂ ਤਾਂ ਉਹਦੀਆਂ ਹੀ ਖੇਡਾਂ ਨੇ।
ਆਪਣਾ ਤਾਂ ਉਦਮ ਹੈ ਉਪਰਾਲਾ, ਆਪਣਾ ਪ੍ਰਯਾਸ ਫਿਰ ਅਰਦਾਸ ਫਿਰ ਪ੍ਰਸਾਦ। ਪਹਿਲਾਂ ਪ੍ਰਯਾਸ, ਸਤਸੰਗਤ ਇੱਕ ਪ੍ਰਯਾਸ ਹੈ, ਸੇਵਾ ਇੱਕ ਪ੍ਰਯਾਸ ਹੈ, ਯਤਨ ਹੈ, ਸਿਮਰਨ ਇੱਕ ਪ੍ਰਯਾਸ ਹੈ, ਫਿਰ ਉਸ ਤੋਂ ਬਾਅਦ ਕੀਰਤਨ ਇੱਕ ਪ੍ਰਯਾਸ ਹੈ, ਯਤਨ ਹੈ, ਫਿਰ ਗੁਰੂ ਅੱਗੇ ਅਰਦਾਸ, ਜੇ ਕਿਤੇ ਸੁਣ ਲਵੇ ਫਿਰ ਪ੍ਰਸਾਦ, ਫਿਰ ਉਹਦੀ ਕਿਰਪਾ ਹੁੰਦੀ ਹੈ। ਤਿੰਨ ਚੀਜ਼ਾਂ ਵੇਖੋ, ਪਹਿਲਾਂ ਸਤਸੰਗਤ ਹੋ ਰਹੀ ਹੈ ਦੀਵਾਨ, ਫਿਰ ਅਰਦਾਸ ਹੋਣੀ ਹੈ, ਫਿਰ ਪ੍ਰਸ਼ਾਦ ਵਰਤਣਾ। ਪ੍ਰਸ਼ਾਦ ਦਾ ਅਰਥ ਕਿਰਪਾ। ਜੇ ਵਾਹਿਗੁਰੂ ਦੇ ਲੱਛਣ ਬਿਆਨ ਕਰ ਦਿੱਤੇ, ਚਿੰਨ ਦੱਸੇ ਵਾਹਿਗੁਰੂ ਕਿਹੋ ਜਿਹਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸਹਿਬੰਗ, ਇਹੋ ਜਿਹੇ ਮਿਲਦਾ ਕਿਵੇਂ? ਗੁਰਪ੍ਰਸਾਦ, ਜਪ ਆਦ ਸੱਚ, ਜੋਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੱਲ ਸਾਰੀ ਉਹਦੀ ਕਿਰਪਾ ਤੇ ਆ ਕੇ ਹੋ, ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ ਤੂੰ, ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ ਤੂੰ, ਹਾਂ ਕਰੀਏ ਤੇਰੀ ਸੇਵਾ ਜੇ ਆਪ, ਵਾਹ ਵਾਹ ਕਰੀਏ ਤੇਰੀ ਸੇਵਾ ਜੇ ਆਪ। ਕਰੀਏ ਜੀ ਕਰੀਏ ਤੇਰੀ ਸੇਵਾ ਜੇ ਆਪ, ਕਰੀਏ ਜੀ ਕਰੀਏ ਤੇਰੀ ਸੇਵਾ ਜੇ ਆਪ ਕਰਾਵੇਂ ਤੂੰ, ਕਰਨ ਕਰਾਉਣ ਵਾਲਾ ਤਾਂ ਵਾਹਿਗੁਰੂ ਹੈ, ਸਤਿਗੁਰੂ ਹੈ। ਵਾਹਿਗੁਰੂ ਦੇ ਹੱਥ ਨੇ ਵਡਿਆਈਆਂ ਬਖਸ਼ਿਸ਼ਾਂ ਰਹਿਮਤਾਂ, ਉਹ ਤਾਂ ਇੱਕ ਮੂਰਖ ਜਿਹਨੂੰ ਲੋਕ ਕਮਲਾ ਕਹਿੰਦੇ ਸੀ, ਗੁਰੂ ਹਰਿਕ੍ਰਿਸ਼ਨ ਮਹਾਰਾਜ ਛੱਜੂ ਜੀ ਦਾ ਨਾਮ ਹੈ, ਉਹਦੇ ਸਿਰ ਦੇ ਉੱਤੇ ਸੋਟੀ ਰੱਖ ਦਿੱਤੀ ਤੇ ਗੀਤਾ ਦੇ ਅਰਥ ਕਰਾ ਲਏ। ਆਓ ਕੱਲ ਨੂੰ ਇੱਕ ਵਾਰ ਫੇਰ ਦੱਸਾਂਗੇ ਕਿ ਸਵੇਰੇ 9 ਵਜੇ ਆਰੰਭ ਹੋਵੇਗਾ ਨਗਰ ਕੀਰਤਨ, ਵੱਧ ਤੋਂ ਵੱਧ ਸੰਗਤ ਪੜ੍ਹੇ, ਮਾਲਵੇ ਵਾਲੀ ਸੰਗਤ ਬੜੇ ਪਿਆਰ ਵਿੱਚ, ਇੱਕ ਦਿਨ ਪਹਿਲਾਂ ਹੀ ਅੱਪੜ ਗਈ ਹੈ, ਵੰਡਣਾ ਨਹੀਂ ਚਾਹੁੰਦੇ ਸੰਗਤ ਗੁਰੂ ਦੀ, ਕੀ ਮਾਲਵਾ ਕੀ ਮਾਝਾ ਕੀ ਦੁਆਬਾ, ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਹਿੰਦੁਸਤਾਨ ਦੇ ਕਈ ਸਟੇਟਾਂ ਦੇ ਵਿੱਚ ਸੰਗਤ ਵੱਸ ਰਹੀ,
ਬਾਹਰਲੇ ਮੁਲਕਾਂ ਦੇ ਵਿੱਚ ਸੰਗਤ ਵੱਸ ਰਹੀ, ਪਰ ਇੱਕ ਦੂਜੇ ਵੱਲ ਵੇਖ ਕੇ ਚਾਹ ਪੈਦਾ ਹੋਵੇ ਕਹਿਣ ਦਾ ਇੰਨਾ ਹੀ ਭਾਵ ਹੈ ਸਾਡਾ। ਰਲ ਮਿਲ ਕੇ ਹੰਬਲਾ ਮਾਰਿਓ। ਵੈਸੇ ਤਾਂ ਬਹੁਤੀ ਸੰਗਤ ਨੇ ਵਾਪਸੀ ਮੁੜਨੇ, ਪਹਿਲਾਂ ਸਮਾਗਮ ਦਾ ਰੱਖਿਆ ਸੀ ਉੱਥੇ ਪਰ ਮੰਜੀ ਸਾਹਿਬ, ਪਰ ਅੱਜ ਅਸੀਂ ਵਿਚਾਰ ਕਰਕੇ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ, ਕਿਉਂਕਿ ਸੰਗਤ ਜਾਂਦੀ ਫਿਰ ਦਰਸ਼ਨ ਮੇਲਾ ਕਰਨ ਦੀ ਮਨ ਵਿੱਚ ਰੁਚੀ ਪੈਦਾ ਹੋ ਜਾਂਦੀ ਹੈ। ਸੋ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਮਾਪਤੀ ਹੋ ਜਾਣੀ ਹੈ। ਜਿਹੜਾ ਵਾਪਸ ਆਉਂਦਾ ਚਾਹੁਣ ਉਹ ਆ ਸਕਦੇ ਹੈ, ਜਿਹੜਾ ਰਹਿਣਾ ਚਾਹੁੰਦੇ ਹੋਣ ਮਾਤਾ ਗੰਗਾ ਨਿਵਾਸ ਸਾਰੇ ਹੀ ਸੰਗਤਾਂ ਵਾਸਤੇ ਖੁੱਲ੍ਹਾ ਹੋਵੇਗਾ, ਕਿਉਂਕਿ ਪ੍ਰਬੰਧ ਸਾਡਾ ਸੀ ਉੱਥੋਂ ਦਾ ਪ੍ਰਬੰਧ ਕਰਨਾ। ਸਾਡੇ ਇਲਾਕੇ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ, ਅੰਤਰਿੰਗ ਮੈਂਬਰ ਐਗਜੈਕਟਿਵ ਦੇ ਉਹਨਾਂ ਸਾਰਿਆਂ ਨੇ ਉੱਥੇ ਉਪਰਾਲਾ ਸਾਧ ਸੰਗਤ ਕੀਤਾ, ਅਤੇ ਬਾਕੀ ਇੱਥੋਂ ਦਾ ਪ੍ਰਬੰਧ ਸੀ ਉਹ ਇੱਥੋਂ ਦੀਆਂ ਸੰਗਤਾਂ ਦਾ, ਉੱਥੋਂ ਦਾ ਪ੍ਰਬੰਧ ਜੋ ਸਾਧ ਸੰਗਤ ਜਥੇ ਵੱਲੋਂ ਸੰਗਤਾਂ ਦੇ ਵੱਲੋਂ, ਕਿਉਂਕਿ ਉਹ ਮਿਲਦੇ ਰਹਿੰਦੇ ਆ ਸਾਰੇ ਹੀ ਮਿਲਾਪ ਵਾਲੇ ਸੱਜਣ ਨੇ, ਉਹਨਾਂ ਦੇ ਅਸਥਾਨਾਂ 'ਤੇ ਦੀਵਾਨ ਸਾਜਦੇ ਰਹਿੰਦੇ, ਉਹਨਾਂ ਨੇ ਇਹ ਜ਼ਿੰਮੇਵਾਰੀ ਕਬੂਲੀ ਸੀ ਕਿ ਸਾਨੂੰ ਦਿਓ ਇਹ ਸੇਵਾ। ਹੁਣ ਬਾਕੀ ਭਾਈ ਤੁਸੀਂ ਸਮੁੱਚੀ ਸੰਗਤ ਨੇ ਹਾਜ਼ਰੀ ਲਵਾਉਣੀ, ਅਸੀਂ ਤਾਂ ਸਤਿਗੁਰੂ ਦੀ ਸੋਝੀ ਦੇ ਮੁਤਾਬਕ ਜਿੰਨਾ ਕੁ ਹੈ ਆਪ ਸੰਗਤ ਨਾਲ ਵਿਚਾਰ ਕਰ ਹੀ ਰਹੇ ਹਾਂ। ਤਕਰੀਬਨ ਸੰਨ 98 ਤੋਂ ਸਭ ਤੋਂ ਪਹਿਲਾਂ ਚਹੇੜੂ ਨਗਰ ਦੇ ਵਿੱਚ ਪ੍ਰੇਮੀ ਸਟੇਜ 'ਤੇ ਬੈਠਾ ਹੈ। ਪਹਿਲਾਂ ਕਾਕੀ ਪਿੰਡ ਰਾਮਾ ਮੰਡੀ ਦੇ ਨੇੜੇ ਦੀਵਾਨ, ਇੱਥੋਂ ਚਹੇੜੂ ਦੀ ਸੰਗਤ, ਅਗਾਂਹ ਦੀ ਅਗਾਂਹ ਸਿਲਸਿਲੇਵਾਰ ਇਸ ਇਲਾਕੇ ਦੇ ਵਿੱਚ ਬਹੁਤ ਨਗਰਾਂ ਦੇ ਵਿੱਚ ਦੀਵਾਨਾਂ ਦੀਆਂ ਲੜੀਆਂ ਚੱਲੀਆਂ ਨੇ, ਬਹੁਤ ਸੇਵਾ ਦੇ ਵਿੱਚ ਵੀ ਹਿੱਸਾ ਪਾਇਆ, ਸੇਵਾ ਅਜੇ ਵੀ ਚੱਲ ਰਹੀ ਹੈ, ਨਿਰੰਤਰ ਚੱਲਦੀ ਰਹਿਣੀ ਹੈ। ਕਈ ਵਾਰ ਸਮੇਂ ਦੀ ਬਾਅਦ ਘਾਟ ਹੋ ਜਾਂਦੀ ਹੈ, ਕਈ ਸੇਵਾਵਾਂ ਪਹਿਲਾਂ ਕਰਨ ਵਾਲੀਆਂ ਹੁੰਦੀਆਂ, ਜਿਵੇਂ 400 ਸਾਲਾਂ ਵੇਲੇ ਦਰਬਾਰ ਸਾਹਿਬ ਦੀ ਸੇਵਾ ਜ਼ਰੂਰੀ ਸੀ, ਉਦੋਂ 17 ਲੱਖ ਰੁਪਈਆ ਅੰਦਰੋਂ ਸਾਧ ਸੰਗਤ ਤਿਆਰੀ 'ਤੇ, ਤਕਰੀਬਨ 8-10 ਲੱਖ ਦਾ ਪੱਥਰ ਹੀ ਲੱਗਿਆ ਹੈ। ਇਸ ਸਾਲ ਬਾਹਰ ਦੀ ਸੇਵਾ ਉਹ ਸਾਧ ਸੰਗਤ ਹੋਰ ਸੇਵਾਵਾਂ ਲੰਗਰ ਦੀ ਅਤੇ ਸਾਡੇ ਨਾਲ ਰਹਿੰਦੇ ਕਈ ਸਿੰਘ ਗ੍ਰਹਿਸਥੀ ਹੋ ਚੁੱਕੇ ਹੈ, 5-10 ਸਾਧ ਸੰਗਤ ਕਮਰੇ ਬਣਾਉਣ ਤੋਂ ਬਾਅਦ ਤਕਰੀਬਨ ਅਸਥਾਨ ਦੀ ਸੇਵਾ ਸੰਪੂਰਨ, ਉਦੋਂ ਬਾਅਦ ਜਿਹੜੀ ਬਾਹਰ ਬਿਲਡਿੰਗ ਬਣ ਰਹੀ ਹੈ ਉਹਦੇ 'ਚ ਸਹਿਯੋਗ ਜਿਹੜਾ ਟਰੱਸਟ ਬਣਾਇਆ ਸੀ ਨਾ ਮੈਂਬਰਾਂ ਨੇ ਨਹੀਂ ਦਿੱਤਾ ਅਸਲ ਦੇ ਵਿੱਚ,
ਹਰ ਇੱਕ ਮੈਂਬਰ ਦੀ ਜ਼ਿੰਮੇਵਾਰੀ ਸੀ ਵੀ ਸਾਲ ਦਾ 1 ਲੱਖ ਇਕੱਠਾ ਕਰਕੇ ਆਪ ਦਿਓ ਭਾਵੇਂ ਜਿੱਥੋਂ ਮਰਜ਼ੀ ਲਿਆ ਕੇ ਦਿਓ। ਉਹ ਸਾਡੇ ਮੈਂਬਰਾਂ ਨੇ ਬਹੁਤੇ ਤਾਂ ਮੁੜ ਕੇ ਕਈਆਂ ਨੇ ਮੂੰਹ ਹੀ ਨਹੀਂ ਵਿਖਾਲਿਆ ਅਤੇ ਕਈ 10-10 ਹਜ਼ਾਰ ਦੇ ਕੇ ਸਾਰ ਦਿੰਦੇ। ਸਾਡੇ ਵੱਲੋਂ ਸੇਵਾ ਉਸੇ ਤਰ੍ਹਾਂ ਜਿਹੜਾ ਸੰਗਤ ਨਾਲ ਵਾਅਦਾ ਕੀਤਾ ਉਹ ਪੂਰੀ ਕਰਨੀ ਹੈ। ਬਿਲਡਿੰਗ ਬਣਾ ਕੇ ਉਹਦੇ ਵਿੱਚ ਕੀ ਬਣਾਇਆ ਜਾਵੇ, ਇੱਕ ਨੇੜੇ ਸਾਡੇ ਹਸਪਤਾਲ ਆਲਰੇਡੀ ਬਣ ਚੁੱਕੇ ਅਤੇ ਉਹ ਡਾਕਟਰ ਬੜੇ ਪਿਆਰ ਵਾਲਾ, ਮਾਲਵੇ ਦੀ ਸੰਗਤ ਜਿਹੜੀ ਜਿਨ੍ਹਾਂ ਨੂੰ ਵੀ ਲੋੜ ਹੁੰਦੀ ਹੈ ਤਕਰੀਬਨ ਫ੍ਰੀ ਵਾਂਗੂ ਹੀ ਦਵਾਈਆਂ ਦੇ ਖਰਚ 'ਤੇ ਹੀ ਉੱਥੇ ਇਲਾਜ ਹੁੰਦਾ ਅਤੇ ਬਹੁਤੀ ਲੋੜ ਨਹੀਂ ਸਮਝੀ। ਪਰ ਉੱਥੇ ਬਿਲਡਿੰਗ ਬਣਾ ਕੇ ਜੋ ਵੀ ਸਮੇਂ ਦੀ ਮੰਗ ਹੋਵੇਗੀ ਸੰਗਤਾਂ ਤੋਂ ਪੁੱਛ ਕੇ ਕੋਈ ਚੰਗਾ ਸਕੂਲ ਹੋਸਟਲ ਵਾਲਾ ਬਣਾਇਆ ਜਾਵੇ, ਹਸਪਤਾਲ ਬਣਾਇਆ ਜਾਵੇ, ਉਸੇ ਤਰ੍ਹਾਂ ਉਹਨੂੰ ਸੰਪੂਰਨ ਕੀਤਾ ਜਾਵੇਗਾ। 3 ਕਿੱਲੇ ਜਗ੍ਹਾ ਉੱਥੇ, 2 ਕਿੱਲੇ ਨਾਲ ਲੱਗਦੀ ਜਗ੍ਹਾ ਹੋਰ ਲੈ ਕੇ 5 ਕਿੱਲੇ ਪੂਰੇ ਕਰਕੇ ਜਾਂ ਚੰਗਾ ਆਹ ਸਾਲ ਤਾਂ ਲੱਗੇਗਾ ਗੁਰਦੁਆਰੇ ਦੀ ਸੇਵਾ ਦੇ ਵਿੱਚ। 2007 ਤੋਂ ਉੱਥੇ ਸੇਵਾ ਸ਼ੁਰੂ ਕਰਾਂਗੇ। ਸਾਡੀ ਮਾਲਵੇ ਦੀ ਸੰਗਤ ਉੱਥੇ ਸਹਿਯੋਗ ਧੰਨ ਕਰਕੇ ਵੀ ਜਿੰਨੀਆਂ ਅਗਰਾਹੀਆਂ ਆਉਣੀਆਂ, ਇੱਕ ਇੱਕ ਨਗਰ ਵਿੱਚੋਂ 100-100, 125-125 ਬੋਰੀ ਕਣਕ ਦੀ, ਝੋਨੇ ਦੀ ਭਰ ਕੇ ਭੇਜਣੀ ਹੈ ਇਹਨਾਂ ਨੇ। ਅਤੇ ਤੁਸੀਂ ਜਿਸ ਤਰ੍ਹਾਂ ਸੇਵਾ ਪਿੰਡਾਂ ਨੇ, 27 ਪਿੰਡ ਸਾਨੂੰ ਯਾਦ ਨੇ, ਉਸੇ ਤਰ੍ਹਾਂ ਹੀ ਸੇਵਾ ਸ਼ੁਰੂ ਕਰੋ ਤਾਂ ਜੋ ਜਿਹੜੀਆਂ ਆਪਾਂ ਸੇਵਾ ਆਰੰਭੀਆਂ ਨੇ ਇਹਨਾਂ ਨੂੰ ਮੁਕੰਮਲ ਰੂਪ ਦਿੱਤਾ ਜਾ ਸਕੇ। 4 ਸਾਲ ਤਾਂ ਮੰਗੇ ਸੀ, 4 ਸਾਲ ਪਿਛਲੇ ਸਾਲ ਪੂਰੇ ਹੋਏ ਆ ਸਤੰਬਰ 'ਚ। ਸਤੰਬਰ 9ਵਾਂ ਮਹੀਨਾ ਹੁੰਦਾ, 6 ਕੁ ਮਹੀਨੇ ਉੱਤੇ ਲੰਘੇ। ਪਰ ਤੁਸੀਂ 2-2.5 ਸਾਲਾਂ ਤੋਂ ਤਕਰੀਬਨ ਸੇਵਾ ਦੇ ਵਿੱਚ, ਥੋੜ੍ਹੇ ਨਗਰਾਂ ਵੱਲੋਂ ਸੇਵਾ ਜਾ ਰਹੀ ਹੈ। ਇਹ ਉਪਰਾਲਾ ਸਮੁੱਚੇ ਹੀ ਸੰਗਤ ਦੇ ਵੱਲੋਂ ਸਤ ਸੰਗਤ ਹੁੰਦਾ ਹੈ, ਸਾਂਝੇ ਰੂਪ ਦੇ ਵਿੱਚ ਆਪਾਂ ਨੇ ਰਲ ਮਿਲ ਕੇ ਉੱਥੇ ਹੀ ਵਸਣੀ। ਉਦੋਂ ਬਾਅਦ ਸਾਡਾ ਵਿਚਾਰ ਬਿਰਦ ਆਸ਼ਰਮ ਬਣਾਉਣ ਦਾ, ਹੋਰ ਵੀ ਕਈ ਚੀਜ਼ਾਂ ਉਲੀਕਣ ਦਾ, ਜੇ ਵਾਹਿਗੁਰੂ ਨੇ ਸਮਾਂ ਦਿੱਤਾ, ਸਤਿਗੁਰਾਂ ਨੇ ਕਿਰਪਾ ਕੀਤੀ ਤਾਂ। ਕਿਉਂਕਿ ਇਨਸਾਨ ਤਾਂ ਬਹੁਤ ਕੁਝ ਸੋਚਦਾ ਪਰ ਸਾਧ ਸੰਗਤ ਡੋਰੀਆਂ ਵਾਹਿਗੁਰੂ ਦੇ ਹੱਥੀ ਹੁੰਦੀਆਂ ਨੇ। ਸੋਈ ਕਰਾਏ ਜੋਤ ਦਭਾਵੈ, ਮੋਹੇ ਸਿਆਣਪ ਕਸ਼ੂ ਨਾਵ। ਸਮਾਜ ਭਲਾਈ ਦੇ ਕਾਰਜਾਂ ਵੱਲ ਸਾਡੀ ਜ਼ਿਆਦਾ ਰੁਚੀ ਹੈ, ਸਰਬੱਤ ਦੇ ਭਲੇ ਦੇ ਕਾਰਜ ਵੱਧ ਤੋਂ ਵੱਧ ਹੋ ਸਕਣ। ਕਿਉਂਕਿ ਧਰਮ ਨੂੰ ਮਨੁੱਖਾਂ ਦੇ ਵਿੱਚ ਹੀ, ਇਨਸਾਨਾਂ 'ਚ, ਸੰਗਤਾਂ 'ਚ ਫੈਲਾਉਣਾ, ਧਰਮ ਦੇ ਜ਼ਰੀਏ ਸੰਗਤ ਦਾ ਭਲਾ ਹੋ ਸਕੇ। ਇਮਾਰਤਾਂ ਦਾ ਕੀ ਹੈ ਤਾਂ ਇੱਥੇ ਹੀ ਰਹਿ ਜਾਣੀ ਹੈ, ਇੱਟ ਗਾਰੇ ਦਾ ਕੀ ਹੈ।
ਕੁਝ ਐਸੀਆਂ ਚੀਜ਼ਾਂ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਸੰਗਤ ਲਾਹਾ ਲੈ ਸਕੇ। ਬਾਕੀ ਸਾਧ ਸੰਗਤ ਸਾਰਿਆਂ ਨੂੰ ਹੀ ਸਾਢੇ ਤਰੇ ਗਜ ਇੰਨੀ ਕੋਈ ਜ਼ਮੀਨ ਸਾਰਿਆਂ ਨੂੰ ਚਾਹੀਦੀ ਹੈ ਕਿ ਰਾਜ ਹੈ ਕੀ ਰੰਕ ਹੈ। ਪੁਰਾਣੇ ਮਹਾਂਪੁਰਖ ਉਹ ਪੜ੍ਹਿਆ ਕਰਦੇ ਜਿਵੇਂ ਬਾਬਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਸ ਤਰ੍ਹਾਂ ਪੁਰਾਤਨ ਜਿਹੜੇ ਮਹਾਂਪੁਰਖ ਹੋਏ ਹੈ ਉਹ ਇੱਦਾਂ ਪੜ੍ਹਦੇ ਹੁੰਦੇ। ਉਹ ਸਾਡੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜੰਗੀਰਾਂ ਵਾਲਿਆ, ਸਾਡੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜੰਗੀਰਾਂ ਵਾਲਿਆ। ਬਹੁਤੀਆਂ ਜੰਗੀਰਾਂ ਵਾਲਿਆ ਸਾਡੇ ਤਿੰਨ ਹੱਥ, ਸਾਡੇ ਤਿੰਨ ਹੱਥ ਧਰਤੀ ਤੇਰੀ ਹੈ ਬਹੁਤੀਆਂ ਜੰਗੀਰਾਂ ਵਾਲਿਆ, ਸਾਡੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜੰਗੀਰਾਂ ਵਾਲਿਆ। ਰਾਖੋ ਕੰਧ ਉਸਾਰੋ ਸਾਡੇ ਤੀਨ ਹੱਥ ਤੇਰੀ ਸੀਵਾ, ਇਉਂ ਕਹਿੰਦੀ ਹੈ ਬਾਣੀ। ਇੰਨੀ ਕੋਈ ਜਗ੍ਹਾ ਆਪਣੀ ਤਾਂ ਸਾਰਿਆਂ ਦੀ, ਕੀ ਰਾਜਾ ਕੀ ਰੰਕ, ਕੀ ਅਮੀਰ ਕੀ ਗਰੀਬ। ਮੇਰੀ ਮੇਰੀ ਕਰਦੇ ਰਹਿੰਦੇ ਆ ਪਰ ਸਾਰੇ ਦੇ ਵਿੱਚ ਸਾਧ ਸੰਗਤ ਪੈਂਦੇ ਰਹਿੰਦੇ ਆ। ਨਿਗਾਹ ਮਾਰ ਕੇ ਵੇਖੋ ਮੇਰੀ ਮੇਰੀ ਕੈਰੋਂ ਕਰਤੇ ਦਰ, ਯੋਧਨ ਸਿਪਾਹੀ ਬਾਰਾਂ ਯੋਜਨ ਛਤਰ ਚੱਲੇ ਤਾਂ ਦੇਹੀ ਗਰਜਨ ਖਾਈ। ਕਿੱਧਰ ਚੱਲੇ ਗਏ ਹੋ? ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬਲਾਈ। ਮਾਰ ਕੰਡੇ ਦੀ ਹੁਣ ਤਾਂ ਦਰਿਆ ਦਾ ਨਾਮ ਹੈ ਨਾ, ਕਿਤੇ ਕਹਿੰਦੇ ਰਿਸ਼ੀ ਹੋਇਆ ਪ੍ਰਾਤਨ ਸਮੇਂ 'ਚ ਕਿਸੇ ਯੁੱਗ ਵਿੱਚ। ਯੁੱਗ ਦਾ ਅਰਥ ਹੈ ਲੰਮਾ ਸਮਾਂ, ਬਹੁਤਾ ਸਮਾਂ, ਕਿਸੇ ਸਮੇਂ ਰਿਸ਼ੀ ਹੋਇਆ। ਤੇ ਪੁਰਾਣੀਆਂ ਸਾਖੀਆਂ ਵਿੱਚ ਆਉਂਦਾ ਵੀ ਲੱਖ ਵਰੇ ਉਮਰ ਸੀ ਉਹਦੀ।
ਤੇ ਸਾਰੀ ਉਮਰ ਉਹਨੇ ਰਹਿਣ ਵਾਸਤੇ ਕੁਛ ਨਹੀਂ ਸੀ ਬਣਾਇਆ। ਇੱਕ ਦਰਖਤ ਦੇ ਉੱਤੇ ਸਾਧ ਸੰਗਤ ਛੱਪਰੀ ਆਲਣੇ ਵਾਂਗੂ ਪਾ ਕੇ ਉਹਦੇ 'ਚ ਹੀ ਦਿਨ ਕੱਟ ਲਏ ਸਨ। ਨਾਮ ਭਗਤ ਨਾਮਦੇਵ ਜੀ ਕਹਿ ਰਹੇ, ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋਧ ਘਾਈ। ਉਹ ਮਾਰ ਕੰਡੇ ਨਾਲੋਂ ਲੰਮੀ ਉਮਰ ਵਾਲਾ ਕੌਣ ਹੈ ਜਿਨ ਤ੍ਰਿਣ, ਤ੍ਰਿਣ ਕਹਿੰਦੇ ਆ ਘਾ ਨੂੰ, ਘਾ ਫੂਸ, ਤ੍ਰਿਣ ਧਰ ਮੂੰਡ ਬੁਲਾਏ, ਜਿਹਨੇ ਸਿਰ ਤੇ ਘਾ ਰੱਖ ਕੇ ਉਮਰ ਗੁਜ਼ਾਰ ਦਿੱਤੀ। ਹੁਣ ਤਾਂ ਦਰਿਆ ਵਗਦਾ, ਪਰ ਹਰਿਆਣੇ ਵੱਲ ਜਾਈਏ ਨਾ ਆਪਾਂ, ਨੌਂ ਤੇ ਧਰੂਮਿਕ ਤੇ ਭਗਤ ਹੋਇਆ। ਹੁਣ ਤਾਂ ਆਪਾਂ ਤਾਰੇ ਦੇ ਰੂਪ ਦੇ ਵਿੱਚ ਯਾਦ ਕਰਦੇ ਹਾਂ, ਤਾਂ ਅਸਥੂਲ ਚੀਜ਼ਾਂ ਨੇ, ਜੜ ਚੀਜ਼ਾਂ ਨੇ, ਤਾਂ ਕਿਤੇ ਚੇਤਨ ਰੂਪ ਦੇ ਵਿੱਚ ਵੀ ਹੋਏ। ਉਹ ਮਾਰਕੰਡੇ ਨੇ ਤਪੱਸਿਆ ਕੀਤੀ, ਮਾਰਕੰਡੇ ਨੇ ਕੰਡੇ ਨੇ ਤਪੱਸਿਆ ਕੀਤੀ, ਛੱਪਰੀ ਚ ਦੇਣ ਕੱਟ ਲੇ ਪਿਆਰਿਆ ਪਿਆਰਿਆ, ਛੱਪਰੀ ਚ ਦੇਣ ਕੱਟ ਲੇ ਮਾਰਕੰਡੇ ਨੇ। ਤਪੱਸਿਆ ਕੀਤੀ ਮਾਰਕੰਡੇ ਨੇ, ਕੰਡੇ ਨੇ ਤਪੱਸਿਆ ਕੀਤੀ, ਛੱਪਰੀ ਚ ਦੇਣ ਕੱਟ ਲੇ ਪਿਆਰਿਓ ਪਿਆਰਿਓ, ਛੱਪਰੀ ਚ ਦੇਣ ਕੱਟ ਲੇ ਵੀ ਮਾਰਕੰਡੇ ਨੇ। ਸੋ ਵੱਡੇ ਕਾਰਜੋਹੀ ਨੇ ਜਿਨ੍ਹਾਂ ਵਿੱਚੋਂ ਕੁਝ ਸੰਗਤ ਨੂੰ ਲਾਭ ਹੋਵੇ, ਮਨੁੱਖਤਾ ਦਾ ਭਲਾ ਹੋਵੇ। ਐਡੇ ਐਡੇ ਬਜਟ, ਅੱਜ ਸਿੱਖ ਧਰਮ ਸਮਰੱਥ ਹੈ, ਕੋਈ ਮਾਇਆ ਦੀ ਘਾਟ ਨਹੀਂ, ਪਰ ਘਾਟ ਇੱਕ ਹੈ ਕਿ ਅਸੀਂ ਦੂਜੇ ਦੇ ਭਲੇ ਵੱਲ ਵੇਖ ਹੀ ਨਹੀਂ ਰਹੇ। ਜੋ ਪੁਰਾਤਨਤਾ ਤੋਂ ਤੁਰੀਆਂ ਆਉਂਦੀਆਂ ਨੇ ਚੀਜ਼ਾਂ, ਉਹਨਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ। ਸਾਧ ਸੰਗਤ ਪੁਰਾਣੀਆਂ ਨਿਸ਼ਾਨੀਆਂ ਨੂੰ ਨਵੇਂ ਨਵੇਂ ਉਹ ਸਾਰਨੇ ਸ਼ੁਰੂ ਕਰ ਦਿੱਤੇ। ਚਾਹੀਦਾ ਸੀ ਪੁਰਾਣੀਆਂ ਨਿਸ਼ਾਨੀਆਂ ਸੰਭਾਲੀਆਂ ਜਾਣ, ਇਤਿਹਾਸ ਝਲਕਦਾ। ਉਹਨਾਂ ਬੋਲਣ ਦਾ ਅਸਰ ਨਹੀਂ ਜਿੰਨਾ ਵੇਖਣ ਦਾ ਅਸਰ ਪੈਂਦਾ। ਕਿੱਥੇ ਅੱਜ ਚਮਕੌਰ ਦੀ ਗੜੀ, ਕਿੱਥੇ ਨੇ ਸਰਹੰਦ ਦੀ ਆਨੀਆਂ, ਕਿੱਥੇ ਬੇਬੇ ਨਾਨਕੀ ਦਾ ਘਰ। ਬਹੁਤੇ ਤਾਂ ਇਹ ਵੀ ਕਹਿੰਦੇ ਸੁਣੇ ਨੇ ਕਿ ਬੇਬੇ ਨਾਨਕੀ ਦੇ ਘਰ ਦੀਆਂ ਇੱਟਾਂ ਲੱਗੀਆਂ ਹਵੇਲੀ ਨੂੰ। ਸੱਚ ਹੈ ਪਤਾ ਨਹੀਂ, ਝੂਠੇ ਦਾ ਨਹੀਂ ਪਤਾ ਸਾਨੂੰ। ਸੋ ਗੁਰੂ ਘਰ ਦੀਆਂ ਨਿਸ਼ਾਨੀਆਂ ਸੰਭਾਲਣੀਆਂ ਚਾਹੀਦੀਆਂ, ਐਸੇ ਕਾਰਜ ਕਰੀਏ ਜਿਨ੍ਹਾਂ ਦੇ ਨਾਲ ਸਰਬੱਤ ਦਾ ਭਲਾ ਹੋ ਸਕੇ।
ਜੇ ਸੀਸ ਨਹੀਂ ਦੇ ਸਕਦੇ ਕਤਰਾ ਖੂਨ ਦੇ ਹੀ ਦੇ ਦੀਏ। ਜੇ ਬਾਗ ਨਹੀਂ ਲਾਇਆ ਜਾਂਦਾ ਕਿਸੇ ਹਸਪਤਾਲ ਵਿੱਚ ਜਾ ਕੇ ਗਰੀਬਾਂ ਨੂੰ ਚਾਰ ਫਾਲੀ ਵੰਡਾਈ। ਜੇ ਖੂਹ ਨਹੀਂ ਲਾਇਆ ਜਾਂਦਾ ਤੇ ਕਿਸੇ ਨੂੰ ਗਲਾਸ ਪਾਣੀ ਦੇ ਹੀ ਦੇ ਦੀ। ਜੇ ਭਲਾ ਨਹੀਂ ਕੀਤਾ ਜਾਂਦਾ ਤੇ ਬੁਰਾ ਵੀ ਕਿਉਂ ਕਰਨ ਲੱਗੇ ਆ? ਕਿਸੇ ਨੂੰ ਚੰਗੇ ਪਾਸੇ ਜਾਂਦੇ ਨੂੰ ਕਿਉਂ ਰੋਕਦੇ ਆ? ਕਿਉਂ ਮਾਰ ਰਹੇ ਆ ਤਾਨੇ ਮਿਹਣੇ? ਆਪ ਨਾ ਦੇ ਚੁੱਲੂ ਪਰ ਪਾਣੀ ਤੈ ਨਿੰਦਾ ਜੈ ਗੰਗਾ ਆਨੀ। ਸਤਿਗੁਰੂ ਕਿਰਪਾ ਕਰਨ ਸੋਝੀ ਬਖਸ਼ਣ ਆਓ। ਸਵੇਰੇ 9 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਸਮੇਂ ਸਿਰ ਸੰਗਤਾਂ ਪਹੁੰਚਣ ਦੀ ਖੇਚਲਾ ਕਰਨ। 2 ਦਿਨ ਦੇ ਸਮਾਗਮ ਸਨ ਅਤੇ ਅੱਜ ਦੇ ਦਿਨ ਤਾਂ ਸਾਡੇ ਆ ਮਿਲਾ ਕੇ 3 ਦੀਵਾਨ ਹੋ ਗਏ ਇੱਕ ਦਿਨ ਵਿੱਚ ਹੀ। ਵਿਚਾਰਾਂ ਕੀਤੀਆਂ ਨੇ ਕੁਝ ਇਤਿਹਾਸ ਵਿੱਚੋਂ। ਸੋ ਹਮੇਸ਼ਾ ਹੀ ਅਸੀਂ ਆਪ ਸੰਗਤਾਂ ਨੂੰ ਕਹਿੰਦੇ ਹੁੰਦੇ ਹਾਂ, ਚੱਲਦੇ ਦੀਵਾਨ ਵਿੱਚ ਮਾਇਆ ਨਾ ਰੱਖਿਆ ਕਰੋ। ਜਿਹਨੇ ਸੇਵਾ ਕਰਨੀ ਹੁੰਦੀ ਹੈ ਅਰਦਾਸ ਹੁਕਮਨਾਮੇ ਤੋਂ ਬਾਅਦ ਜਦੋਂ ਖਾਲੀ ਸਮਾਂ ਹੁੰਦਾ ਉਸ ਸਮੇਂ ਸੇਵਾ ਕਰ ਸਕਦੇ। ਨਾ ਅਸੀਂ ਕੀਰਤਨ ਵੇਚਦੇ ਹਾਂ, ਨਾ ਗੁਰਬਾਣੀ ਵੇਚਦੇ ਹਾਂ, ਨਾ ਗੁਰੂ ਘਰ ਦੀਆਂ ਵਿਚਾਰਾਂ ਵੇਚਦੇ ਹਾਂ। ਗੁਰਬਾਣੀ ਦੀ ਕੀਮਤ ਕੌਣ ਦੇ ਸਕਦਾ ਹੈ? ਹਾਂ, ਸੰਗਤ ਦੀ ਪਿਆਰ ਭੇਟਾ ਹੁੰਦੀ ਹੈ, ਉਹ ਬਾਅਦ ਵਿੱਚ ਸਮਾਂ ਹੁੰਦਾ। ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਮਰਿਆਦਾ ਇਹੋ ਹੀ ਹੈ। 4-29 ਤਰੀਕ ਨੂੰ ਅੰਮ੍ਰਿਤਸਰ ਮੀਟਿੰਗ ਸੀ, ਉੱਥੇ ਇੱਕ ਬਜ਼ੁਰਗ ਮਿਲਿਆ ਜੱਥੇ ਵਾਲੇ ਸਿੰਘ ਨੂੰ। ਕਹਿੰਦਾ ਮੈਂ ਸੰਤ ਬਾਬਾ ਆਤਰ ਸਿੰਘ ਜੀ ਦਾ ਦੀਵਾਨ ਸੁਣਿਆ। ਕਹਿੰਦੇ ਉਹ ਅੱਜ ਕੱਲ੍ਹ ਦੇ ਸੰਗਤਾਂ ਵਾਂਗ ਨਹੀਂ ਸਨ। ਕਹਿੰਦੇ ਇੱਕ ਵਾਰੀ ਉਹਨਾਂ ਦੇ ਚੱਲਦੇ ਦੀਵਾਨ ਦੇ ਵਿੱਚ ਕਿਸੇ ਨੇ ਉਸ ਸਮੇਂ ਦੀ ਕਰੰਸੀ ਜਿਹੜੀ ਹੋਣੀ ਹੈ, ਕੋਈ ਰੁਪਈਆ ਟਕਾ ਆਨਾ ਜੋ ਵੀ ਸੀ ਲਿਆ ਕੇ ਰੱਖ ਦਿੱਤਾ ਤੇ ਮਹਾਂਪੁਰਖਾਂ ਨੇ ਚੁੱਕਿਆ, ਚੱਕ ਕੇ ਢੋਲਕੀ ਵਾਲੇ ਦੇ ਉੱਤੋਂ ਦੀ ਵਾਰ ਕੇ ਪਰਾਂ ਸੁੱਟ ਦਿੱਤਾ। ਉਹ ਆਖਣ ਲੱਗੇ ਭਾਈ ਜੇ ਸੇਵਾ ਕਰਨੀ ਹੁੰਦੀ ਤੇ ਬਾਅਦ ਵਿੱਚ ਉਹਨਾਂ ਦੀਆਂ ਸਾਖੀਆਂ ਵਿੱਚ ਆਉਂਦਾ ਕਿ ਨਿਸ਼ਾਨ ਸਾਹਿਬ ਦੇ ਥੱਲੇ ਸਿੰਘ ਬੈਠਾ ਹੋਵੇ, ਸੰਗਤ ਮਾਇਆ ਦੇਈ ਜਾਵੇ, ਉਹ ਸਭ ਦੇ ਅਰਦਾਸੇ ਕਰੀ ਜਾਵੇ। ਇਹੋ ਹੀ ਮਰਿਆਦਾ ਸੋਭ ਦੀ। ਬਹੁਤੀ ਜਗ੍ਹਾ ਆਨੰਦ ਸਾਹਿਬ ਦੇ ਪਾਠ ਵੇਲੇ ਉੱਠਣਾ, ਉਹ ਪਾਠ ਵੇਲੇ ਤਾਂ ਉੱਠਣਾ ਉੱਦਾਂ ਹੀ ਨਹੀਂ ਸੋਭਦਾ। ਆਹ ਗੱਲਾਂ ਜਿਹੜੀਆਂ ਕਰਦੇ ਹਾਂ, ਇਤਿਹਾਸ ਦੀਆਂ ਗੱਲਾਂ ਵਿਚਾਰਾਂ ਪ੍ਰਵਾਨ ਨੇ, ਗੁਰਬਾਣੀ ਦੀਆਂ ਵਿਚਾਰਾਂ ਪ੍ਰਵਾਨ ਨੇ। ਕਈ ਵਾਰ ਅਸੀਂ ਕੋਲੋਂ ਕਰੀ ਜਾਂਦੇ ਹਾਂ ਕਿ ਸਾਡੇ ਬਚਨ ਅਮੋਲਕ ਨੇ, ਸਾਡੇ ਬਚਨ ਕਾਹਦੇ ਅਮੋਲਕ ਨੇ? ਗੁਰਬਾਣੀ ਨਾਲੋਂ ਅਮੋਲਕ ਤਾਂ ਕੁਝ ਵੀ ਨਹੀਂ। ਅਤੇ ਆਨੰਦ ਸਾਹਿਬ ਦੀ ਬਾਣੀ ਤਾਂ ਉਹ ਬਾਣੀ ਹੈ ਜਿਹਨੇ ਆਨੰਦ ਬਖਸ਼ਣਾ ਸਾਨੂੰ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਆਓ ਕਰੀਏ ਸਮਾਪਤੀ। ਭੁੱਲਾਂ ਚੁੱਕਾਂ ਦੀ ਖਿਮਾ, ਗੁਰਬਾਣੀ ਦਾ ਅੱਖਰਵਾਦ ਘਾਟ ਹੋ ਗਿਆ ਹੋਵੇ, ਕੋਈ ਗੱਲ ਇਤਿਹਾਸ ਵਿੱਚੋਂ ਬਾਹਰ ਗੁਰਮਤ ਤੋਂ ਬਾਹਰ ਬੋਲੀ ਗਈ ਹੋਵੇ, ਸਤਿਗੁਰੂ ਸੰਗਤ ਬਖਸ਼ਣਹਾਰ ਹੈ।
ਕਿਸੇ ਦੀ ਸ਼ਾਨ ਦੇ ਖਿਲਾਫ਼ ਦਿਲ ਨੂੰ ਸੱਟ ਮਾਰਨ ਵਾਲੀ ਗੱਲ ਆਖੀ ਹੋਵੇ, ਆਖੀ ਗਈ ਹੋਵੇ ਤਾਂ ਖਿਮਾ ਕਰਨਾ। ਸਤਿਗੁਰੂ ਕਿਰਪਾ ਕਰਨ, ਸੋਝੀ ਬਖਸ਼ਣ, ਆਪ ਸੰਗਤ ਦਾ ਪਿਆਰ ਆਸ਼ੀਰਵਾਦ ਬਣਿਆ ਰਹੇ। ਪ੍ਰਭ ਕੀਜਾ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹਾਂ ਤੁਮਰੀ ਕਰਹੁ ਨਿਤ ਆਸ ਪ੍ਰਭ ਮੋਹੇ, ਕਾਵ ਗਾ ਲਾਵੇਂਗੇ। ਰਾਮ ਕਲੀ ਮਹਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸ਼ਬਦੋਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਦਾ ਸਤ ਸਲਾਹਾ ਤੇਰੀ ਨਾਮ ਮਨ ਵਸਾਵੇ। ਸਾਚਾ ਨਾਮ ਮੇਰਾ ਆਧਾਰੋ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਸਤੀਆਂ ਇਹ ਵਡਿਆਈਆਂ। ਪੰਚ ਦੂਤ ਤੋਂ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋਸੇ, ਨਾਮ ਹਰ ਕੈ ਲਾਗੇ। ਸੰਤ ਸਾਜਨ ਪਏ ਸਰਸੇ, ਪੂਰੇ ਗੁਰਤ ਜਾਣੀ। ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹਤ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਘਰ ਦੂਜਾ, ਮਾਤ ਘਰ ਮੈਂ ਆਪਣ ਸਿਮਰਨ ਦੀ ਤਹਿਤ ਮਰਾਖਨ ਹਾਰੀ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰ ਹੋ ਤਾਰਨ ਹਾਰੇ। ਮਾਧੋ ਤੂੰ ਠਾਕੁਰ ਸਿਰ ਮੋਰਾ, ਈਹਾ ਉਹਾ ਤੁਹਾਰੋ ਧੋਰਾ ਰਹਾਉ। ਕੀਤੇ ਕੋ ਮੇਰਾ ਸਮਾਨ ਕਰਨ ਹਾਤ੍ਰਣ ਜਨ, ਦਾਤਾ ਮੰਗਨ ਕੋ ਸਗਲੇ ਦਾਨ ਦੇਹ ਪ੍ਰਭਾਨ। ਖਿਨ ਮੈਂ ਅਵਰ ਖਿਨ ਮੈਂ ਅਵਰਾ, ਚਰਜ ਚਲਦ ਤੁਮਾਰੇ। ਰੂੜ ਗੂੜ ਗਹਿਰ ਗੰਭੀਰੋ, ਉੱਚੋ ਅਗਮ ਅਪਾਰੇ। ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਵਾਣੀ। ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ।
ਹੋਰ ਵੀ ਕਿਸੇ ਬਜ਼ੁਰਗਾਂ ਨੂੰ ਦੇਖਿਆ ਕਹਿਣਗੇ ਬਾਬਾ ਜੀ ਪਿੰਡ ਦਾ ਜਿਹੜਾ ਸਮਾਗਮ ਆ ਜ਼ਰੂਰ ਕਰੋ। ਬੋਲੇ ਸੋ ਨਿਹਾਲ ਕੀਰਤਨਵਾਦੀ ਆ ਜਿਨ੍ਹਾਂ ਨੇ ਵੀ ਸਿਰੋਂ ਪਾਓ ਮਹਾਂਪੁਰਸ਼ਾਂ ਨੂੰ ਦੇਣਾ ਉਸ ਸਟੇਜ 'ਤੇ ਭਾਈ ਆ ਸਕਦੇ ਨੇ। ਹੁਣ ਸਮੂਹ ਸੰਗਤਾਂ ਨੂੰ ਜੀ ਆਖਣਗੇ ਸਰਵਨ ਸਿੰਘ ਜੀ ਕੁਲਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੂਰੀ ਵਿੱਚ ਦੌੜ ਬੈਠੇ ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਹੈ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕਿਰਪਾ ਕੀਤੀ ਹੈ ਸਾਡੇ ਇਲਾਕੇ ਦੇ ਵਿੱਚ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਹਨ, ਔਰ ਇਸ ਨਗਰ ਦੇ ਨਾਲ ਔਰ ਇਸ ਜਗ੍ਹਾ ਦੇ ਨਾਲ ਇਹਨਾਂ ਦਾ ਖਾਸ ਪਿਆਰ ਹੈ, ਔਰ ਹਮੇਸ਼ਾ ਹੀ ਜਦੋਂ ਟਾਈਮ ਦਿੰਦੇ ਪਹੁੰਚਦੇ ਹਨ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ। ਔਰ ਅੱਜ ਵੀ ਉਹ ਸਮਾਜ ਨਸ਼ਿਆਂ ਵਿੱਚ ਗਲਤਾਨ ਹੈ ਜਾਂ ਇਹੋ ਜਿਹੇ ਐਬ ਆਪਣੇ ਸਮਾਜ ਵਿੱਚ ਆ ਗਏ ਹਨ, ਇਹੋ ਜਿਹੀਆਂ ਕ੍ਰਿਤੀਆਂ ਸਮਾਜ ਵਿੱਚ ਆ ਗਈਆਂ ਹਨ, ਉਹਨਾਂ ਪ੍ਰਤੀ ਜਾਗਰੂਕ ਕਰਦੇ ਹਨ। ਇਹ ਮਹਾਂਪੁਰਸ਼ਾਂ ਦਾ ਕੰਮ ਹੈ ਕਿਉਂਕਿ ਇਹਨਾਂ ਦਾ ਇੱਕੋ ਇੱਕ ਕੰਮ ਹੈ ਪਰਉਪਕਾਰ ਕਰਨਾ, ਗੁਰੂ ਦੇ ਨਾਲ ਜੋੜਨਾ। ਗੁਰੂ ਗ੍ਰੰਥ ਸਾਹਿਬ ਜੋ ਸਾਡੇ ਜੁਗੋ ਜੁਗ ਅਟਲ ਗੁਰੂ ਹਨ ਉਸ ਦੇ ਲੜ ਲੱਗਣਾ, ਤੋ ਇਹਨਾਂ ਦਾ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਨਿਰੰਤਰ ਪੰਥ ਦੀ ਗੁਰੂ ਦੀ ਗੁਰੂ ਘਰ ਦੀ ਸੇਵਾ ਕਰਨਾ ਅਤੇ ਸਮਾਜ ਨੂੰ ਸੇਧ ਦੇਣ, ਇਹ ਅਰਦਾਸਾਂ ਬੇਨਤੀਆਂ ਹਨ। ਬਾਕੀ ਜਿਸ ਤਰ੍ਹਾਂ ਉਹ ਸੇਵਾ ਕਰ ਰਹੇ ਹਨ ਪਬਲਿਕ ਸਮਾਜ ਦੀ ਹਸਪਤਾਲ ਰਾਹੀਂ ਜਾਂ ਹੋਰ ਜੋ ਇਹੋ ਜਿਹੇ ਕਾਰਜ ਕਰਕੇ ਉਹਨਾਂ ਵਿੱਚ ਵੀ ਆਪਣਾ ਸਭ ਦਾ ਫਰਜ਼ ਬਣਦਾ ਹੈ ਸਹਿਯੋਗ ਕਰਨ ਦਾ, ਕਿਉਂਕਿ ਇਹੋ ਜਿਹੇ ਪਰਉਪਕਾਰ ਦੇ ਜਿਹੜੇ ਕਾਰਜ ਹਨ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦੇ ਹਨ। ਉਹ ਸਮੁੱਚੀਆਂ ਸੰਗਤਾਂ ਵੱਲੋਂ ਮਹਾਂਪੁਰਸ਼ਾਂ ਦਾ ਸਮੁੱਚੇ ਜਥੇ ਦਾ ਧੰਨਵਾਦ ਕਰਦੇ ਹਾਂ। ਉੱਥੇ ਅੱਜ ਜੋ ਸੰਗਤਾਂ ਇਲਾਕੇ ਤੋਂ ਆਈਆਂ ਹਨ ਉਹਨਾਂ ਦਾ ਵੀ ਕੋਟ ਨਕੋਟ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਨਗਰ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜਿਹੜੇ ਕਿ ਆਪ ਪੂਰੀ ਤਰ੍ਹਾਂ ਸਮਰਪਿਤ ਹਨ। ਅੱਜ ਦੇ ਸਮੇਂ ਵਿੱਚ ਇਹੋ ਜਿਹੇ ਵਿਅਕਤੀ ਬਿਰਲਾ ਹੀ ਹੈ ਜਿਹੜੇ ਤਨ ਮਨ ਧਨ ਦੇ ਨਾਲ ਕਰਕੇ ਗੁਰੂ ਨੂੰ ਸਮਰਪਿਤ ਹਨ, ਔਰ ਕਥਨੀ ਅਤੇ ਕਰਨੀ ਇੱਕ ਦੇ ਧਾਰਨੀ ਹਨ। ਔਰ ਜਦੋਂ ਕੋਈ ਪੰਥ ਦੀ ਗੱਲ ਹੁੰਦੀ ਹੈ, ਪੰਥ ਦੀ ਮਰਿਆਦਾ ਦੀ ਗੱਲ ਹੁੰਦੀ ਹੈ, ਜਦੋਂ ਕੋਈ ਹੱਕ ਅਤੇ ਸੱਚ ਦੀ ਗੱਲ ਹੁੰਦੀ ਹੈ ਉਸ 'ਤੇ ਪਹਿਰਾ ਦੇਣ ਵਾਲੇ ਹਨ, ਉਹ ਕਦੇ ਵੀ ਨਹੀਂ ਡੋਲੇ। ਔਰ ਜਿਹੜੇ ਵੀ ਸੰਕਲਪ ਜਿਹੜਾ ਵੀ ਇਹਨਾਂ ਨੇ ਲਿਆ ਉਸਨੂੰ ਪੂਰਾ ਕਰਨ ਵਿੱਚ ਕਦੇ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ, ਤੋ ਮਾਣ ਹੈ ਸਾਨੂੰ ਇਹ ਸਮੁੱਚੇ ਇਲਾਕੇ ਨੂੰ ਇਹੋ ਜਿਹੇ ਸਾਡੇ ਸੱਜਣ 'ਤੇ ਜਿਹੜਾ ਪਰਪੱਕ ਤੌਰ 'ਤੇ ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਾ ਹੈ ਅਤੇ ਨਾਲ ਨਾਲ ਮਹਾਂਪੁਰਸ਼ਾਂ ਦੇ ਪਵਿੱਤਰ ਵਚਨ ਸੰਗਤਾਂ ਨੂੰ ਸੁਣਾ ਕੇ ਗੁਰੂ ਦੇ ਨਾਲ ਜੋੜਦਾ ਹੈ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸਾਡੇ ਇਸ ਛੋਟੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਪੰਥ ਦੀ ਕੌਮ ਦੀ ਸੇਵਾ ਕਰਨ, ਔਰ ਸਾਡੇ ਇਲਾਕੇ ਦਾ ਜੋ ਮਾਣ ਹੈ ਇਹਦੇ ਵਿੱਚ ਹੋਰ ਵਾਧਾ ਕਰਨ, ਕਿਉਂਕਿ ਇਹ ਮਨੁੱਖਾ ਜੀਵਨ ਦਾ ਇਹਨਾਂ ਨੇ ਮਕਸਦ ਸਮਝ ਕੇ ਆਪਣੇ ਆਪ ਨੂੰ ਪੂਰਾ ਤਰ੍ਹਾਂ ਜਿੱਥੇ ਆਪ ਸਮਰਪਿਤ ਹਨ
ਸਾਰਾ ਹੀ ਪਰਿਵਾਰ ਸਮਰਪਿਤ ਹੈ। ਵਾਹਿਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਗੁਰੂ ਘਰ ਦੇ ਪੰਥ ਦੀ ਸੇਵਾ ਕਰਨ ਔਰ ਮਹਾਂਪੁਰਸ਼ਾਂ ਦੇ ਚਰਨ ਇੱਥੇ ਪੈਂਦੇ ਰਹਿਣ, ਮਹਾਂਪੁਰਸ਼ ਸੰਗਤਾਂ ਨੂੰ ਉਪਦੇਸ਼ ਦੇ ਕੇ ਗੁਰੂ ਘਰ ਦੇ ਨਾਲ ਜੋੜਦੇ ਰਹਿਣ, ਅਤੇ ਅਸੀਂ ਅੱਜ ਜੋ ਕ੍ਰਿਤੀਆਂ ਸਾਡੇ ਸਮਾਜ ਵਿੱਚ ਆਈਆਂ ਉਸ ਤੋਂ ਛੁਟਕਾਰਾ ਪਾ ਸਕੀਏ। ਇੱਕ ਨਰੋਏ ਸਮਾਜ ਦੀ, ਇੱਕ ਗੁਰੂ ਦੇ ਸਿਧਾਂਤਾਂ ਅਨੁਸਾਰ ਜੋ ਸਮਾਜ ਦੀ ਸਿਰਜਣਾ ਗੁਰੂ ਨਾਨਕ ਸਾਹਿਬ ਨੇ ਕੀਤੀ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਉਸ ਦੀ ਅਸੀਂ ਸਿਰਜਣਾ ਕਰ ਸਕੀਏ। ਔਰ ਉੱਚੀਆਂ ਸੰਗਤਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।